ਕਿ ਤੁਸੀਂ ਜਿੰਨੇ ਵੀ ਸਰੋਤੇ ਸੱਜਣ ਸਾਡੀ ਇਸ ਗੱਲਬਾਤ ਨੂੰ ਸੁਣਦੇ ਹੋ ਜਾਂ ਜਿਹੜੇ ਨੁਸਖੇ ਵਗੈਰਾ ਤੁਸੀਂ ਵਰਤੇ ਨੇ ਉਹਦੇ ਬਾਰੇ ਫੀਡਬੈਕ ਜ਼ਰੂਰ ਸਾਨੂੰ ਦਿਓ ਕਿ ਭਾਈ ਉਹ ਨੁਸਖੇ ਆ ਜਿਹੜੇ ਪਰਸ਼ੋਤਮ ਜੀ ਹੋਰਾਂ ਤੋਂ ਤੁਸੀਂ ਪੁੱਛੇ ਤੇ ਉਹ ਬਣਾਏ ਤੇ ਉਹਦਾ ਫਾਇਦਾ ਕਿੰਨਾ ਹੋਇਆ ਕਿਹਨੂੰ ਕਿਹਨੂੰ ਹੋਇਆ ਜ਼ਰੂਰ ਦੱਸਿਓ। ਸੋ ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ ਪਰਸ਼ੋਤਮ ਸਿੰਘ ਜੀ। ਹਾਂਜੀ ਸੁਖਨੈਬ ਸਿੰਘ ਜੀ, ਆਪ ਜੀ ਦਾ ਵੀ ਔਰ ਜੁੜਨ ਵਾਲੇ ਚੰਨ ਪ੍ਰਦੇਸੀ ਰੇਡੀਓ ਨਾਲ ਸਾਰੇ ਭੈਣ ਭਰਾਵਾਂ ਦੀ ਜੀ ਚਾਹੇ ਚਲੋ ਧੰਨਵਾਦ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸੁਖਨੈਬ ਜੀ, ਇਸ ਤਰ੍ਹਾਂ ਹੁਣ ਜਮਾਨੇ ਦੀ ਰਫਤਾਰ ਮੁਤਾਬਕ ਜਿਸ ਤਰ੍ਹਾਂ ਇਹ ਆਪਣਾ ਬੀਬੀਆਂ ਦੇ ਥੋੜੀ ਜਿਹੀ ਪ੍ਰੋਬਲਮ ਆਉਂਦੀ ਏ ਜੀ, ਜਦੋਂ ਉਹਨਾਂ ਦੇ ਮਹੀਨੇ ਤੇ ਹੁੰਦਾ ਹੈ ਜੀ, ਸੋ ਬਹੁਤਿਆਂ ਦਾ ਕਈਆਂ ਨੂੰ ਆਉਂਦਾ ਹੈ, ਕਈਆਂ ਨੂੰ ਰੁਕ ਜਾਂਦਾ, ਦੋ ਦੋ ਤਿੰਨ ਤਿੰਨ ਮਹੀਨੇ ਉਹ ਨਹੀਂ ਆਉਂਦਾ। ਕੋਈ ਅਵਸਥਾ ਇਹ ਜੀ ਹੁੰਦੀ ਏ, ਖਾਸ ਕਰਕੇ ਜਿਵੇਂ ਆਪਣਾ ਇੰਡੀਆ ਹੈ, ਸਾਡਾ ਕਲਚਰ ਹੀ ਇਸ ਤਰ੍ਹਾਂ ਹੈ ਵੀ ਅਸੀਂ ਜਿਹੜੀਆਂ ਧੀਆਂ ਨੇ ਉਹ ਮਾਵਾਂ ਨੂੰ ਵੀ ਨਹੀਂ ਦੱਸਦੀਆਂ ਕਿ ਮੈਨੂੰ ਕੋਈ ਪ੍ਰੋਬਲਮ ਹੈ ਜੀ, ਪਰ ਜਦੋਂ ਉਹ ਲੋੜ ਤੋਂ ਜ਼ਿਆਦਾ ਚੀਜ਼ ਵੱਧ ਜਾਂਦੀ ਏ ਜੀ, ਤਾਂ ਫੇਰ ਉਹਨਾਂ ਨੂੰ ਦੱਸਣਾ ਪੈਂਦਾ ਜਾਂ ਕੋਈ ਡਾਕਟਰੀ ਸਹਾਇਤਾ ਲੈਣੀ ਪੈਂਦੀ ਏ। ਮੈਂ ਤੁਹਾਨੂੰ ਬਹੁਤਾ ਵਿਸਥਾਰ ਚ ਨਹੀਂ, ਥੋੜਾ ਜਿਹਾ ਇਸ ਬਾਰੋਂ ਦੱਸ ਦਿੰਦਾ ਜੀ। ਜੇ ਕਿਸੇ ਪਰਿਵਾਰ ਦੇ ਵਿੱਚ ਕਿਸੇ ਵੀ ਬੀਬੀ ਨੂੰ ਟਾਈਮ ਤੋਂ ਪਹਿਲਾਂ ਐਵੇਂ ਰੁਕ ਜਾਏ ਜਾਂ ਦੋ ਜਾਂ ਤਿੰਨ ਮਹੀਨੇ ਅਟਕੇ ਵਿੱਚ ਆਵੇ, ਫਿਰ ਭਾਈ ਤੁਸੀਂ ਨਾਰਮਲ ਘਰ ਦਾ ਇੱਕ ਦੇਸੀ ਟੀਕਾ ਵਰਤੋ ਜਿਹਦੇ ਨਾਲ ਤੁਸੀਂ ਬਿਲਕੁਲ ਠੀਕ ਹੋ। ਦੂਸਰੀ ਗੱਲ ਆ ਜਿਹੜਾ ਇਹ ਦੇਸੀ ਉਹ ਬਰਥ ਕੰਟਰੋਲ ਵਾਲੀਆਂ ਗੋਲੀਆਂ ਖਾਓ ਨਾ ਖਾਓ ਇਹ ਤਾਂ ਤੁਹਾਡੀ, ਪਰ ਮੇਰੀ ਜੇ ਬੇਨਤੀ ਨੂੰ ਪ੍ਰਵਾਨ ਸਮਝੋਗੇ ਤੇ ਉਹ ਜਿਹੜੀਆਂ ਗੋਲੀਆਂ ਖਾਸ ਕਰਕੇ ਯੰਗ ਅਵਸਥਾ ਚ ਕੁੜੀਆਂ ਨੂੰ ਦਿੰਦੀਆਂ ਨੇ ਉਹਨਾਂ ਦੇ ਉੱਤੇ ਸਾਈਡ ਇਫੈਕਟ ਉਹ ਬਹੁਤ ਜ਼ਿਆਦਾ ਹੁੰਦੇ ਨੇ, ਉਹ ਨਾ ਦਿਓ। ਤੁਸੀਂ ਦਿਓ ਕਿ ਉਹ ਮੈਂ ਦੱਸਣ ਲੱਗਾ, ਤੁਸੀਂ ਚੰਗੀ ਤਰ੍ਹਾਂ ਨੋਟ ਕਰ ਲਓ, ਜਿਹਦੇ ਵਿੱਚ ਬਨਕਸ਼ਾ ਹੈ, ਟੂਟਾ ਹੈ, ਤਾਜਬਾਣ ਏ, ਮਲੱਠੀ ਏ, ਦਾਲਚੀਨੀ ਏ, ਵੱਡੀ ਇਲਾਚੀ ਏ, ਲੌਂਗ ਨੇ ਤੇ ਜੈਫਲ। ਤੁਸੀਂ ਇਹਨਾਂ ਨੂੰ ਭਾਵੇਂ 20-20 ਗ੍ਰਾਮ ਲੈ ਲਓ, ਭਾਵੇਂ 50-50 ਗ੍ਰਾਮ ਦੇ ਦੋ, ਰਗੜ ਇਹਨਾਂ ਦਾ ਪਾਊਡਰ ਬਣਾ ਲਓ ਜੀ। ਉਸ ਪਾਊਡਰ ਨੂੰ ਤੁਸੀਂ ਚਮਚੇ ਦਾ ਚੌਥਾ ਹਿੱਸਾ ਜਾਂ ਉਦੋਂ ਥੋੜਾ ਜਿਹਾ ਜ਼ਿਆਦਾ ਉਹਨੂੰ ਕਿਲੋ ਕੁ ਪਾਣੀ ਚ ਪਾਓ, ਨਾਲ ਛੁਹਾਰਾ ਪਾ ਦਿਓ ਜੀ। ਜਦੋਂ ਸਹੀ ਤਰੀਕੇ ਨਾਲ ਉਹ ਉਬਲ ਜਾਵੇ, ਇੱਕ ਕੱਪ ਪਾਣੀ ਰਹਿ ਜੇ, ਉਹਨੂੰ ਚਾਹੇ ਚਾਹੇ ਤਾਂ ਤੁਸੀਂ ਵਿੱਚ ਪੱਤੀ ਪਾ ਕੇ ਚਾਹ ਬਣਾ ਲਓ ਜੀ। ਚਾਹੇ ਜੇ ਕਈ ਕਹਿੰਦੇ ਨੇ ਚਾਹ ਨਹੀਂ ਪੀਂਦੇ, ਉਹਨੂੰ ਉਸ ਤਰ੍ਹਾਂ ਲੈਣ ਦਿਓ ਵਿੱਚ ਕੱਲਾ ਹੀ ਦੁੱਧ ਪਾ ਕੇ ਤੇ ਉਹਨੂੰ ਪੁਣ ਕੇ ਤੇ ਉਸ ਦੇ ਵਿੱਚ ਜਦੋਂ ਤੁਸੀਂ ਜਿਹੜਾ ਆਪਣਾ ਬਦਾਮ ਰੋਗਨ ਜਿਹਨੂੰ ਐਲਮੰਡ ਆਇਲ ਕਹਿੰਦੇ ਹਾਂ ਆਪਾਂ, ਬਦਾਮ ਰੋਗਨ ਉਹ ਇੱਕ ਚਮਚਾ ਡੇਢ ਚਮਚਾ ਪਾ ਲਓ, ਪਾਓ ਇਸ ਨਾਲ ਸਿਹਤ ਨੂੰ ਵੇਚ ਕੇ ਜਿੰਨੀ ਕੁ ਸਿਹਤ ਚਲਦੀ, ਚਾਹੇ ਇੱਕ ਮਹੀਨੇ ਚ ਆ ਜਾਣਗੇ ਨਹੀਂ ਤਾਂ ਦੂਜੇ ਮਹੀਨੇ ਚ ਪ੍ਰੋਪਰ ਤਰੀਕੇ ਨਾਲ ਆ ਜਾਣਗੇ। ਇਹ ਜੇ ਕੁਦਰਤੀ ਤਰੀਕਾ ਇਹ ਕਰੋ ਤੇ ਤੁਸੀਂ ਬਿਲਕੁਲ ਵੀ ਆਪਦੇ ਆਪ ਨੂੰ ਨਾ ਤਾਂ ਪੇਨ ਹੋਸੀ ਨਾਲੇ ਮੰਥਲੀ ਉਹ ਠੀਕ ਤਰੀਕੇ ਨਾਲ ਲੱਗ ਪੈਗੀ, ਕਿਸੇ ਤੁਹਾਨੂੰ ਹੋਰ ਚੀਜ਼ ਦੀ ਲੋੜ ਨਹੀਂ ਪੈਗੀ। ਅਗਰ ਜੇ ਇਸ ਤੋਂ ਬਾਅਦ ਜਿਵੇਂ ਮੈਂ ਪੀਪਲ ਦੱਸ ਰਿਹਾ ਸੀ, ਵੇਖੋ ਕਿ ਇਹ ਚੀਜ਼ਾਂ ਨੇ ਹੋਰ ਔਰ ਮੇਰੇ ਵਰਗੇ ਬੰਦੇ ਨੂੰ ਇਸ ਤਰ੍ਹਾਂ ਜੇ ਗੱਲਾਂ ਕਰੇ ਠੀਕ ਹੈ, ਸ਼ੋਭਾ ਤਾਂ ਕਿਸੇ ਨੂੰ ਵੀ ਨਹੀਂ ਦੇਤਾ, ਪਰ ਇਹ ਵੀ ਉਮਰਾਂ ਦੇ ਹਿਸਾਬ ਨਾਲ ਜੇ ਕਰ ਜਾਂਦਾ ਆਪਾਂ ਦੇ ਬਿਲਕੁਲ ਵੀ ਨਹੀਂ ਹੈ ਜੀ ਕਰਦੇ, ਜੇ ਕਿਸੇ ਨੂੰ ਹੋਰ ਇਹਦੋਂ ਵੱਧ ਸਹਾਇਤਾ ਦੀ ਲੋੜ ਹੋਵੇ ਤੇ ਆਓ ਫੇਰ ਗੱਲ ਕਰਕੇ, ਦਵਾਈਆਂ ਬਹੁਤ ਨੇ ਉਹ ਮੈਂ ਜ਼ਰੂਰ ਦੱਸ ਸਕਾਂ ਜੀ। ਜੀ ਸੋ ਬਹੁਤ ਮਿਹਰਬਾਨੀ ਜੀ, ਔਰ ਨਾਲ ਹੀ ਮੈਂ ਸਰੋਤੇ ਸੱਜਣਾਂ ਨੂੰ ਬੇਨਤੀ ਕਰਦਾ ਕਿ ਕਿਸੇ ਵੀ ਸਰੋਤੇ ਨੇ ਹੁਣ ਪਰਸ਼ੋਤਮ ਜੀ ਹੋਰਾਂ ਤੋਂ ਕੋਈ ਦਵਾਈ ਦੇ ਬਾਰੇ ਪੁੱਛਣਾ, ਕੋਈ ਨੁਸਖਾ ਪੁੱਛਣਾ, ਕਿਸੇ ਬਿਮਾਰੀ ਤੋਂ ਨਿਜਾਤ ਪਾਉਣ ਦੇ ਬਾਰੇ ਗੱਲ ਕਰਨੀ ਹੈ ਤਾਂ ਸਾਡੇ ਨਾਲ ਕਾਲ ਵੀ ਕਰ ਸਕਦੇ ਹੋ ਤੁਸੀਂ, ਲਾਈਨਾਂ ਵੀ ਖੁੱਲੀਆਂ ਨੇ। ਇੰਡੀਆ ਦਾ ਨੰਬਰ 84-375-2244 8437-5222-444 ਹੈ, ਬਾਕੀ ਅੱਡੋ ਅੱਡ ਕੰਟਰੀਜ਼ ਦੇ ਨੰਬਰ ਹੈ ਜਿਹੜੇ ਤੁਸੀਂ ਉਹਨਾਂ ਤੇ ਵੀ ਕਾਲ ਕਰ ਸਕਦੇ ਹੋ ਤੇ ਕੋਈ ਮੈਸੇਜ ਤੁਸੀਂ ਇਨਬੋਕਸ ਦੇ ਵਿੱਚ ਵੀ ਕਰਕੇ ਮੈਨੂੰ ਪੁੱਛ ਸਕਦੇ ਹੋ। ਉਹਦੇ ਵਾਸਤੇ ਮੇਰੀ ਆਈਡੀ ਸੁਖਨੈਬ ਸਿੰਘ ਸਿੱਧੂ ਜਿਹੜਾ ਪੇਜ ਹੈ ਜੀ ਉਸ ਤੇ ਮੈਸੇਜ ਲਿਖ ਦਿਓ ਤਾਂ ਤੁਹਾਡੀ ਜਿਹੜੀ ਅਗਲੀ ਗੱਲ ਹੈ ਉਹ ਸਾਂਝੀ ਹੋ ਸਕਦੀ। ਇੱਕ ਹਰਨੀਆਂ ਦੇ ਬਾਰੇ ਸਵਾਲ ਆਇਆ ਜੀ ਕਿ ਪੇਟ ਦੀਆਂ ਹਰਨੀਆਂ ਵੀ ਹੁੰਦੀਆਂ ਕੋਈ ਤੇ ਉਹਦਾ ਇਲਾਜ ਕੀ ਹੈ ਜੀ? ਜੀ ਸੁਖਨੈਬ ਜੀ, ਹਰਨੀ ਉਹ ਚੀਜ਼ ਆ ਜਦੋਂ ਕੋਈ ਵੀ ਜਿਵੇਂ ਬੱਚਾ ਜਨਮ ਲੈਂਦਾ ਹੈ, ਬੇਟੀ ਜਨਮ ਲੈਂਦੀ ਏ ਤੇ ਮਾਂ ਦੇ ਤੇ ਪੇਟ ਚੋਂ ਜਦੋਂ ਉਹ ਨਾੜੂ ਜਿਹੜਾ ਟੁੱਕਣੇ ਆ ਬੰਨਣੇ ਆ, ਉਦੋਂ ਜਿਹੜੀ ਹਵਾ ਵਿੱਚ ਜੇ ਰਹਿ ਜਾਵੇ ਪ੍ਰੋਪਰ ਤਰੀਕੇ ਨਾਲ ਨਾ ਉੱਠ ਕੇ ਨਾ ਜਿਹਨੂੰ ਬੰਨਿਆ ਜਾਵੇ,
ਉਹਦੇ ਨਾਲ ਜਿਹੜੀ ਹਵਾ ਚਲੀ ਜਾਂਦੀ ਉਹ ਨਾੜਾਂ ਦੇ ਵਿੱਚ ਹਰਨੀਆਂ ਦੇ ਰੂਪ ਚ ਆਉਂਦੀ। ਜਿਹੜਾ ਮਰਦ ਹੁੰਦਾ ਉਹਨੂੰ ਤਕਰੀਬਨ ਧੁੰਨੀ ਤੋਂ ਹੇਠਲੇ ਹਿੱਸੇ ਚ ਜਿਹਨੂੰ ਨਾੜਾਂ ਦਾ ਪਾਸਾ ਕਹਿੰਦੇ ਆ ਉਧਰ ਨੂੰ ਜ਼ਿਆਦਾ ਹੁੰਦੀ ਹੈ। ਕੁੜੀਆਂ ਨੂੰ ਧੁੰਨੀ ਦੇ ਦੁਆਲੇ ਜਾਂ ਦਸਤ ਦੇ ਲਾਗੇ ਤੱਕ ਉਧਰ ਵੀ ਜਿਹੜੀ ਹੈ ਸੂਜਣ ਜਿਹੜੀ ਆ ਜਾਂਦੀ ਹੈ। ਤਾਂ ਵੇਖੋ ਜੇ ਕਿਸੇ ਨੂੰ ਵੀ ਹਰਨੀਆਂ ਭਾਵੇਂ ਉਹ ਮਰਦ ਨੂੰ ਨੇ ਚਾਹੇ ਲੇਡੀਜ਼ ਨੂੰ ਨੇ ਉਹਦੇ ਲਈ ਤੁਸੀਂ ਦੋ ਚੀਜ਼ਾਂ ਤੁਹਾਨੂੰ ਮੇਨ ਦੱਸ ਰਹੇ ਹਾਂ। ਕਿਸੇ ਹੈਲਪ ਜਾਂ ਤੁਹਾਨੂੰ ਲੋੜ ਨੀ ਪੈਗੀ ਡਾਕਟਰੀ ਦੀ, ਜਿਵੇਂ ਖਾਸ ਕਰਕੇ ਥੱਲੇ ਓਪਰੇਸ਼ਨ ਕਰਦੇ ਨੇ ਜਾਂ ਸੋਜਿਸ਼ ਆਉਣ ਲੱਗ ਪੈਂਦੀ ਹੈ, ਨਲਾਂ ਚ ਪਾਣੀ ਪੈਣ ਲੱਗ ਪੈਂਦਾ, ਦਰਦ ਬਹੁਤ ਰਹਿਣ ਲੱਗ ਪੈਂਦੀ ਔਰ ਵੈਰੀ ਡੇਂਜਰਸ ਹੁੰਦਾ ਜੇ ਕੁਝ ਤੁਸੀਂ ਲੰਮੀਆਂ ਜਿਹਨੂੰ ਡਿੰਗਾ ਜਾਂ ਲਾਂਘਾ ਪਰਤੋ ਜਾਂ ਛਾਲ ਮਾਰੋ ਤੇ ਉਹ ਨਾੜ ਜਿਹੜੀ ਹੈ ਖੁੱਲੀ ਹੋਈ ਕੱਟ ਵੀ ਸਕਦੀ, ਸੋ ਜਿਹੜੀ ਕੈਂਸਰ ਦੇ ਰੂਪ ਚ ਕਨਵਰਟ ਹੋ ਜਾਏ। ਸੋ ਕਰਨਾ ਹੈ ਜੀ ਆਪਾਂ ਥਲਮੀ ਛੋਰਾ, ਜੌਂਖਾਰ, ਸੁਹਾਗਾ, ਜਾਂਗਰੜ ਦਾ ਪਾਊਡਰ, ਧਨੇ ਦਾ ਪਾਊਡਰ ਤੇ ਸੁੰਡ ਦਾ ਪਾਊਡਰ, ਇਹਦਾ 20-20 ਗ੍ਰਾਮ ਲੈਣੇ ਨੇ। 10 ਗ੍ਰਾਮ ਵਿੱਚ ਠਿੱਕਰੀ ਨਿਸ਼ਾਦਰ ਪਾਉਣਾ, ਇਹਨੂੰ ਤੁਸੀਂ ਰਲਾ ਲਓ। 30 ਪੁੜੀਆਂ ਬਣਾ ਕੇ ਜਿਹੜੀ ਇੱਕ ਪੁੜੀ ਹੈ ਇੱਕ ਅੱਧੀ ਸਵੇਰੇ ਅੱਧੀ ਸ਼ਾਮ, ਬੱਕਰੀ ਦੇ ਦੁੱਧ ਦੀ ਕੱਚੀ ਲੱਸੀ ਕਰ ਲਓ, ਗਊ ਦੇ ਦੁੱਧ ਦੀ ਕੱਚੀ ਲੱਸੀ ਕਰ ਲਓ, ਤੁਸੀਂ ਗਾਜਰ ਦੇ ਜੂਸ ਨਾਲ ਲੈ ਲਓ। ਤੁਸੀਂ ਲਵੋਗੇ ਤੇ ਉਹ ਬਿਲਕੁਲ ਜਿਹੜੀਆਂ ਤੁਹਾਡੀਆਂ ਹਰਨੀਆਂ ਨੇ ਉਹ ਸੁੱਕ ਜਾਣਗੀਆਂ, ਉਹ ਜਿਹੜੀ ਹਵਾ ਹੈ ਵਿੱਚੋਂ ਨਾੜਾਂ ਦੇ ਖਤਮ ਹੋ ਜਾਏਗੀ। ਪਰ ਜੇ ਤੁਹਾਡੀ ਇੱਕ ਮਹੀਨੇ ਤੋਂ ਬਾਅਦ ਫਿਰ ਵੀ ਨਹੀਂ ਖਤਮ ਹੁੰਦੀ, ਵੈਸੇ ਤੁਸੀਂ ਨਾਰ ਵੀ ਲੈ ਸਕਦੇ ਹੋ ਬਾਅਦ ਚ ਵੀ, ਪਨੀਰ ਡੋਡੀਆ, ਇਫਲਾ ਪੀਨ, ਚਰੇਤਾ ਤੇ ਪਿੱਤ ਫਾਕੜਾ, ਇਹ ਚਾਰੇ ਚੀਜ਼ਾਂ ਅਗਰ ਤੁਸੀਂ ਲੈਂਦੇ ਹੋ ਕਿਤੇ ਵੀ ਤੁਹਾਡੀ ਸੋਜਿਸ਼ ਆ, ਤੁਹਾਨੂੰ ਕੋਈ ਜਿਹਾ ਗਾਹ ਸੂੜਾ ਬਣ ਗਿਆ ਜਾਂ ਅੰਦਰੂਨੀ ਇਹ ਜੀ ਕੋਈ ਸੱਟ ਲੱਗ ਗਈ ਹੈ ਜਿਹਦੇ ਨਾਲ ਡਾਕਟਰ ਕਹਿੰਦੇ ਵੀ ਤੇਰੇ ਅੰਦਰ ਜ਼ਖਮ ਵਾਂਗੂ ਬਣਿਆ ਹੈ, ਤੇਰਾ ਮਛੇ ਪਾੜ ਗਿਆ ਹੈ, ਇਹ ਲੌਂਗ ਟਾਈਮ ਤੇ ਜਾ ਕੇ ਠੀਕ ਹੋਵੇਗਾ, ਪਰ ਲੈਂਦੇ ਰਹੋ, ਤੁਹਾਡੀਆਂ ਹੱਡੀਆਂ ਜਿਹੜੀਆਂ ਨੇ ਉਹ ਕੰਪਲੀਟ ਠੀਕ ਹੋ ਜਾਣਗੀਆਂ, ਇਹਦੇ ਨਾਲ ਕਿਸੇ ਓਪਰੇਸ਼ਨ ਜਾਂ ਕਿਸੇ ਚੀਜ਼ ਦੀ ਲੋੜ ਨਹੀਂ ਪਏ ਜੀ। ਜੀ ਔਰ ਹਾਲੇ ਤੱਕ ਮੇਰੇ ਕੋਲ ਕੋਈ ਇਹੋ ਜਿਹਾ ਸਵਾਲ ਤਾਂ ਨਹੀਂ ਆਇਆ ਜੀ ਜਿਹੜਾ ਮੈਂ ਪੁੱਛ ਸਕਾਂ ਕਿ ਕੋਈ ਸ਼ਾਇਦ। ਲਓ ਜੀ ਕਾਲਰ ਆ ਗਏ ਨੇ ਸਾਡੇ ਨਾਲ ਇੱਕ। ਹਾਂਜੀ ਸਵਾਗਤ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੁਖਨਾਇਬ ਜੀ ਬੋਲਦੇ? ਹਾਂਜੀ 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 ਵੀਰ ਜੀ, ਮੈਂ ਨਾ ਡਾਕਟਰ ਪਰਸ਼ੋਤਮ ਸਾਹਿਬ ਤੋਂ ਮੈਂ ਦਵਾਈ ਪੁੱਛਣੀ ਹੈ ਜੀ। ਹਾਂਜੀ ਮੈਂ ਨਾ ਇਹ ਰੋਟੀ ਖਾਣ ਤੋਂ ਬਾਅਦ ਜੀ ਮੈਂ ਜੋ ਮਤਲਬ ਪਾਣੀ ਪੀ ਲੈਣਾ, ਡਕਾਰ ਬਹੁਤ ਆਉਂਦੇ ਜੀ। ਹਾਂਜੀ ਡਕਾਰ ਹੀ ਆਉਂਦੇ ਇਕੱਲੇ ਜੀ? ਹਾਂ ਡਕਾਰ ਆਉਂਦੇ ਲਗਾਤਾਰ ਆਈ ਜਾਂਦੇ ਆਈ ਜਾਂਦੇ। ਉਮਰ ਕਿੰਨੀ ਕੁ ਹੈ ਜੀ? ਉਮਰ ਜੀ 48 ਯੀਅਰ 48। ਠੀਕ ਹੈ ਜੀ ਬਾਈ ਜੀ, ਸੁਣੋ ਫਿਰ। ਓਕੇ ਵੇਖੋ ਜੀ, ਰੋਟੀ ਖਾਧਿਆਂ ਡਕਾਰ ਆਉਣੇ, ਪਹਿਲੋਂ ਤਾਂ ਆਪਾਂ ਕਿਉਂ ਮਗਰ ਜਾਂਦੇ ਹਾਂ ਜੀ? ਇਹਦੇ ਦੋ ਤਿੰਨ ਰੀਜ਼ਨ ਨੇ। ਇੱਕ ਤਾਂ ਇਹ ਵੀ ਪ੍ਰੋਪਰ ਪੇਟ ਸਾਫ ਤੁਹਾਡਾ ਨਾ ਹੋਵੇ, ਥੋੜੀ ਕਬਜ਼ ਰਹਿੰਦੀ ਹੋਵੇ ਤੇ ਰੋਟੀ ਖਾਧਿਆਂ ਡਕਾਰ ਆਉਣਗੇ। ਤੁਹਾਡੇ ਅੰਦਰ ਤੁਹਾਡਾ ਐਸਿਡ ਬਣਨ ਲੱਗ ਪਏ, ਤੇਜ਼ਾਬ ਬਣੇ, ਤੇ ਜਦੋਂ ਤੁਸੀਂ ਖਾਣਾ ਖਾਓਗੇ ਉਦੋਂ ਤੁਹਾਨੂੰ ਡਕਾਰ ਜ਼ਰੂਰ ਆਉਣਗੇ। ਜੇ ਤੁਹਾਡੇ ਫੇਫੜਿਆਂ ਦੇ ਵਿੱਚ ਕੋਈ ਮਾਮੂਲੀ ਨੁਕਸ ਆ ਤੇ ਜਦੋਂ ਤੁਸੀਂ ਖਾਣਾ ਖਾਂਦੇ ਹੋ ਉਹਨਾਂ ਜਦੋਂ ਭਾਰ ਪੈਂਦਾ ਹੈ ਉਦੋਂ ਵੀ ਡਕਾਰ ਜ਼ਰੂਰ ਆਉਣਗੇ, ਕਿਉਂਕਿ ਉਹਦੇ ਨਾਲ ਪਾਚਣ ਸ਼ਕਤੀ ਹੈ ਉਹ ਖਰਾਬ ਹੋ ਜਾਂਦੀ। ਪਹਿਲੋਂ ਤੁਸੀਂ ਥੋੜੇ ਤੋਂ ਛੋਟੇ ਤੋਂ ਹੋਰੇ ਦੇਖੋ, ਜੇ ਤੁਸੀਂ ਔਰੇ ਦਾ ਰਸ ਇੱਕ ਚਮਚਾ, ਅਦਰਕ ਦਾ ਰਸ ਇੱਕ ਚਮਚਾ ਵਿੱਚ ਚੁੱਕੀ ਪਾਲਾ ਪਾ ਕੇ ਲੈਂਦੇ ਹੋ ਤੇ ਡਕਾਰ ਜਿਹੜੇ ਆ ਉਹਨੂੰ ਇਹ ਹਟ ਜਾਣੀ। ਜੇ ਤੁਹਾਡੇ ਪ੍ਰੋਪਰ ਤੇਜ਼ਾਬ ਬਣਦਾ, ਐਸਿਡ ਬਣਦਾ ਜਿਹਨੂੰ ਕਹਿੰਦੇ, ਜਿਸ ਕਰਕੇ ਡਕਾਰ ਆਉਂਦੇ ਨੇ, ਫਿਰ ਤੁਸੀਂ ਆਪਣੇ ਚਾਰ ਚੀਜ਼ਾਂ ਪਹਿਲੋਂ ਲੈਣੀਆਂ ਨੇ, ਨਿੰਬੂ ਦਾ ਰਸ ਲਵੋ, ਅਦਰਕ ਦਾ ਰਸ ਲਵੋ ਤੇ ਐਪਲ ਸਾਈਡਰ ਵਿਨੇਗਰ ਲਵੋ ਤੇ ਲਸਣ ਦਾ ਰਸ ਲਵੋ। ਜਿਹਦੇ ਵਿੱਚ ਤੁਸੀਂ ਚਾਰ ਬੋਤਲਾਂ ਗੁਲਾਬ ਜਲ ਦੀਆਂ ਪਾ ਲਓ, 20 ਗ੍ਰਾਮ ਸੁਹਾਗਾ ਪਾਓ, 20 ਗ੍ਰਾਮ ਹੀ ਦਾਲਚੀਨੀ, 20 ਗ੍ਰਾਮ ਹੀ ਮਲੱਠੀ, 20 ਗ੍ਰਾਮ ਵੱਡੀ ਇਲਾਚੀ,
20 ਗ੍ਰਾਮ ਸੋਏ ਤਾਂ 20 ਗ੍ਰਾਮ ਹਿੰਗ 20 ਗ੍ਰਾਮ ਖੁਰਾਸਾਨੀ ਜੁਆਇਨ ਇਹ ਰਗੜ ਕੇ ਪਾਓਗੇ ਉਹਨੂੰ ਕਾੜੋ ਸਲੋਹਾਨ ਜਦੋਂ ਉਹ ਕਰਕੇ ਗਾੜਾ ਹੋ ਜਾਏਗਾ ਕੜਾਹ ਪ੍ਰਸ਼ਾਦ ਵਰਗਾ ਫਿਰ ਉਹਨੂੰ ਥੱਲੇ ਲਾ ਕੇ ਸ਼ਹਿਦ ਜਿਹਨੂੰ ਆਪਾਂ ਹਣੀ ਕਹਿੰਦੇ ਹਾਂ ਉਹ ਪਾ ਦਿਓ ਕੱਚ ਦੇ ਡੱਬੇ ਚ ਪਾ ਕੇ ਰੱਖੋ ਅੱਧਾ ਕੁ ਚਮਚਾ ਅਰਲੀ ਮੋਰਨਿੰਗ ਸਵੇਰੇ ਤੁਸੀਂ ਗਰਮ ਪਾਣੀ ਦਾ ਲਵੋ ਤੇ ਇੱਕ ਤਾਂ ਇਹ ਵੀ ਤੁਹਾਡਾ ਜਿਹੜਾ ਪੇਟ ਇਹ ਪ੍ਰੋਪਰ ਸਾਫ਼ ਹੋਏਗਾ ਭਾਰੀ ਨੀ ਰਹੇਗਾ ਤੇ ਤੇਜ਼ਾਬ ਨੀ ਬਿਲਕੁਲ ਬਣੇਗਾ ਡਕਾਰ ਬਿਲਕੁਲ ਨੀ ਆਏਗਾ ਨਾੜਾਂ ਦੇ ਵਿੱਚ ਹਵਾ ਇਹ ਬੋਲਦੀ ਏ ਤਾਂ ਉਹ ਵੀ ਬਿਲਕੁਲ ਜਿਹੜੀ ਏ ਖਤਮ ਹੋ ਜਾਏਗੀ ਨਿੱਕੀ ਮੋਟੀ ਜੇ ਨਾੜ ਦੇ ਵਿੱਚ ਕਿਤੇ ਬਲੋਕ ਜਾਈਏ ਤੇ ਉਹ ਵੀ ਉਹਦੇ ਨਾਲ ਖੁੱਲੇ ਜੀ ਜੀ ਨਾਲ ਹੀ ਸਾਡੇ ਇੱਕ ਹੋਰ ਸਰੋਤੇ ਜੁੜੇ ਹੋਏ ਆ ਜੀ ਅਸੀਂ ਇਹਨਾਂ ਦੀ ਕਾਲ ਵੀ ਲੈਣੇ ਆ ਹਾਂਜੀ ਸਵਾਗਤ ਜੀ ਸੱਜਣ ਜੀ ਰੇਡੀਓ ਦੀ ਆਵਾਜ਼ ਘੱਟ ਕਰ ਦਿਓ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਹੈਲੋ ਹਾਂਜੀ ਹੈਲੋ ਹਾਂਜੀ ਹਾਂਜੀ ਸੁਖਨਾਬ ਜੀ ਮੈਂ ਪੁੱਛਣਾ ਜੀ ਪਨੀਰ ਡੋਲੀਆ ਚ ਰੇਟਾ ਇਹ ਲਗਾਤਾਰ ਕਿੰਨਾ ਚਿਰ ਲੈ ਸਕਦੇ ਆ ਕਿੰਨੀ ਦੇਰ ਲੈ ਸਕਦੇ ਆ ਸੁਣੋ ਜੀ ਡਿਪੈਂਡ ਕਰਦਾ ਏ ਮਤਲਬ ਵੀ ਤੁਹਾਡਾ ਕਿਹੜਾ ਰੋਗ ਏ ਤੇ ਕਿਸ ਕਰਕੇ ਇਹ ਤੁਸੀਂ ਲੈਂਦੇ ਹੋ ਜਿਦਾਂ ਚੱਕਰ ਆਉਂਦੇ ਸੀ ਚੱਕਰ ਆਉਂਦੇ ਸੀਗੇ ਜੀ ਜੇ ਚੱਕਰ ਆਉਂਦੇ ਜੀ ਤੇ ਘੱਟ ਤੋਂ ਘੱਟ ਵੀ 3 ਮਹੀਨੇ ਤੋਂ ਉੱਤੇ ਉੱਤੇ 5 ਜਾਂ 6 ਮਹੀਨੇ ਤੱਕ ਲਗਾਤਾਰ ਲਵੋ ਤੇ ਉਹ ਫਿਰ ਰੁਕ ਜਾਣੇ ਪਰ ਜੇ ਚੱਕਰਾਂ ਦੇ ਨਾਲ ਬੇਸਣ ਫਰਕੜੀ ਪਾਣੀ ਜਿਹੜੀ ਯੂਟਿਊਬ ਤੇ ਵੀ ਪਾਈ ਏ ਉਹ ਬਹੁਤ ਜ਼ਰੂਰੀ ਏ ਦੋਨੇ ਚੀਜ਼ਾਂ ਲਾਓਗੇ ਫਿਰ ਜਿਵੇਂ ਹੁਣ ਤੁਸੀਂ 60 ਸਾਲ ਦੇ ਲਾਗੇ ਲੱਗਦੀ ਏ ਤੁਹਾਡੀ ਉਮਰ ਤਾਂ ਫਿਰ ਚੱਕਰ ਦਾ ਨਾਂ ਨੀ ਰਹਿ ਜੀ ਤੇ ਇੱਕ ਹੋਰ ਮੇਰੇ ਕੋਲ ਮੈਸੇਜ ਸੀਗਾ ਜੀ ਕਹਿੰਦੇ ਜੀ ਇੱਕ ਨੁਸਖਾ ਜਿਹੜਾ ਸ਼ੂਗਰ ਦੇ ਵਾਸਤੇ ਇੰਦਰ ਜੋਂ ਕੌੜੇ ਬਦਾਮ ਭੁੱਜੇ ਹੋਏ ਚਨੇ ਕਾਲੇ ਛਿਲਕੇ ਸਣੇ ਤੇ ਇੱਕੋ ਜਿਹੀ ਮਾਤਰਾ ਚ ਰਲਾ ਕੇ ਗ੍ਰੈਂਡ ਕਰਕੇ ਪਾਊਡਰ ਬਣਾ ਕੇ ਭੋਜਨ ਤੋਂ ਬਾਅਦ ਇੱਕ ਚਮਚਾ ਕੋਸੇ ਪਾਣੀ ਨਾਲ ਲੈਣ ਨਾਲ ਕਹਿੰਦੇ ਹਟ ਜਾਂਦਾ ਇਹ ਠੀਕ ਹੈ ਜੀ 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 ਸੁਖਨਾਬ ਜੀ ਪਰ ਇਹ ਤਾਂ ਅਜੇ ਆਪਾਂ ਦੱਸਿਆ ਜੀ ਤੇ ਕਈਆਂ ਨੇ ਕਿਹਾ ਵੀ ਸਾਨੂੰ ਫਾਇਦਾ ਬਹੁਤ ਹੋਇਆ ਪਰ ਇਹ ਅੱਗੋਂ ਗੱਲ ਨੀ ਆਈ ਕਿ 100% ਅਗਲੇ ਨੇ ਕਿਹਾ ਵੀ ਮੈਂ ਬਚ ਗਿਆ ਜੀ ਪਰ ਆਪਾਂ ਜਿਹੜਾ ਬਾਕੀਆਂ ਵਾਲੇ ਦੀ ਦੱਸ ਰਹੇ ਹਾਂ ਵੀ ਜਿਹੜੇ ਜਿੰਨਾ ਕਿਹਾ ਵੀ ਸਾਨੂੰ ਅਸੀਂ ਹੁਣ ਥੋੜਾ ਬਹੁਤਾ ਮਿੱਠਾ ਵੀ ਖਾਂਦੇ ਹਾਂ ਡਾਇਬਟੀ 2 ਸੀ ਡਾਇਬਟੀ 1 ਸੀ ਸਾਡੀ ਵੀ ਹੁਣ ਸ਼ੂਗਰ ਇਹ ਨਹੀਂ ਰਹੀ ਜਿਹਦੇ ਵਿੱਚ ਉਹਨਾਂ ਨੇ ਵਰਤਿਆ ਜੀ ਕਿ ਤੁਸੀਂ ਪਾਈਆ ਪਾਈਏ ਭਾਵੇਂ ਲਾ ਲਓ ਪਾਈਆ ਔਲੇ ਤੇ ਪਾਈਆ ਹੀ ਮੇਥੀ ਦਾਣਾ ਪਾਈਆ ਹੀ ਸੌਂਫ ਪਾਈਆ ਹੀ ਚਿੱਟੀਆਂ ਮਿਰਚਾਂ ਇੱਕ ਪਾਈਆ ਕਰੇਲੇ ਇੱਕ ਪਾਈਆ ਹੀ ਜਾਮਨ ਦੀਆਂ ਗੜਕਾਂ ਤੇ 250 ਗ੍ਰਾਮ ਵਿੱਚ ਕੌਰ ਤੁੰਮਾ ਤੇ 250 ਇੱਕ ਪਾਈਆ ਵਿੱਚ ਜਿਹੜੀ ਖੁਰਾਸਾਨੀ ਜਵਾਇਨ ਜਿਹਦੇ ਵਿੱਚ ਉਹਨਾਂ ਦੀ ਬੂਹ ਨਾਲ ਉਹਨੂੰ ਕੱਜ ਕੰਜ ਤੋੜ ਕੇ ਪੂਰਾ ਇੱਕ ਰਾਂ ਉਹਨੂੰ ਭਿਆਉਂਦਾ ਜੀ ਤਕਰੀਬਨ ਉਹ ਮਹੀਨਾ ਜਾਂ ਡੇਢ ਜਾਂ ਦੋ ਜਿੰਨਾ ਚਲੋ ਉਸ ਨਿੰਬੂ ਦਾ ਰਸ ਵਿੱਚ ਉਹ ਸਾਰਾ ਜੋ ਕੁਛ ਪਾਇਆ ਸੀ ਐਨ ਸੁੱਕ ਗਿਆ ਬਾਅਦ ਚ ਉਹਨਾਂ ਰਗੜ ਕੇ ਉਹਨੂੰ ਪਾਊਡਰ ਦੇ ਰੂਪ ਚ ਬਣਾ ਲਿਆ ਉਹ ਅੱਧਾ ਚਮਚਾ ਪੌਣਾ ਚਮਚਾ ਚਮਚਾ ਜਿਸ ਤਰ੍ਹਾਂ ਵੀ ਸਿਹਤ ਅਲਾਓ ਕੀਤੀ ਉਹ ਖਾਂਦੇ ਰਹੇ ਤੇ ਜਿਹਨਾਂ ਦੇ ਪੂਰੇ ਇੱਕ ਸਾਲ ਬਾਅਦ ਜਿਹੜੀ ਸ਼ੂਗਰ ਏ ਭਾਵੇਂ ਉਹ ਕਿਸੇ ਕਿਸਮ ਦੀ ਸੀ ਉਹ ਜੜ ਤੋਂ ਖਤਮ ਹੋ ਗਈ ਸੋ ਇਹ ਤਾਂ ਹੈ ਜੀ ਕੰਪਲੀਟ ਕੀਤਾ ਤੇ ਜਿਹੜੇ ਇੰਟਰ ਜਾਣੇ ਜਾਂ ਦੱਸਦੇ ਹੋ ਵਿੱਚ ਕਾਲੀ ਮਿਰਚ ਪਾ ਲਓ ਕਿਸੇ ਨੇ ਵਿੱਚ ਕਾਲੀ ਜੀਰੀ ਪਾ ਲਈ ਪਰ ਇਹਨਾਂ ਜ਼ਰੂਰ ਦੱਸਿਆ ਵੀ ਇਹ ਨੁਕਤੇ ਬੜੇ ਪੁਰਾਣੇ ਦੱਸੇ ਹੋਏ ਨੇ ਯੂਟਿਊਬ ਤੇ ਇਹਨੂੰ ਲੋਕੀ ਘੁਮਾਈ ਫਿਰਦੇ ਨੇ ਕਿਸੇ ਨੇ ਉਹਨੂੰ ਲੰਡਾ ਕਰਤਾ ਕਿਸੇ ਨੇ ਸਾਵਾ ਕਰਤਾ ਬਹੁਤ ਕੁਛ ਕੀਤਾ ਲੋਕਾਂ ਨੇ ਪਰ ਮੈਂ ਇੱਕ ਜ਼ਰੂਰ ਦੱਸਾਂਗਾ ਮੈਂ ਸੁਣਿਆ ਮੈਂ ਵੀ ਸੀ ਤੇ ਉਦੋਂ ਮੇਰਾ ਮਨ ਸੀ ਮੈਂ ਕਿਹਾ ਚੱਲ ਕਿਹਨੂੰ ਹੋਕਾ ਦਿਆਂਗੇ ਜਦੋਂ ਰੇਡੀਓ ਤੇ ਦੱਸਾਂਗਾ ਵੇਖੋ ਕਾਲੀ ਜੀਰੀ ਜਿਹੜੀ ਏ ਉਹ ਆਪਾਂ ਜਿਵੇਂ ਪਸ਼ੂਆਂ ਨੂੰ ਦੇਣੇ ਆ ਡੈਰ ਬਾਦ ਜਾਂ ਕੋਈ ਚੀਜ਼ ਹੋਵੇ ਤੇ ਕਾਲੀ ਜੀਰੀ ਨੂੰ ਉਂਝ ਵੀ ਤੁਸੀਂ ਰਗੜ ਕੇ ਵੇਖੋ ਉਹ ਜੰਮਦੀ ਏ ਕਹਿਣ ਤੋਂ ਭਾਵ ਇਹ ਵੀ ਕਾਲੀ ਜੀਰੀ ਉਂਝ ਤਾਂ ਫਾਇਦੇਮੰਦ ਏ ਵਾਈਬਾਦੀ ਨੂੰ ਮਾਰਦੀ ਏ ਪਰ ਜੇ ਲਗਾਤਾਰ ਉਹਨੂੰ ਵਿੱਚ ਜਾ ਕੇ ਲਵੋਗੇ ਤੁਹਾਡੀ ਕਿਡਨੀ ਨੂੰ ਇਫੈਕਟ ਕਰ ਸਕਦੀ ਏ ਲੰਮੇ ਸਮੇਂ ਤੇ ਜਾ ਕੇ ਕਰਨਾ ਤਾਂ ਉਹ ਕੰਮ ਚਾਹੀਦਾ ਕਿ ਆਪਾਂ ਇੱਕ ਰੋਗ ਹਟਾਈਏ ਤੇ ਚਾਰ ਰੋਗ ਹੋਰ ਲਾ ਲਈਏ
ट्रक ड्राइव कर दा पर भार घटाने वास्ते की करना चाहिदा जी। सुखनैब जी अगे भी आप लम्मा समा गया उदो भी दसिया सी पर दस रहे ट्रक ड्राइवर आली जिवे हुण साढ़े भी बच्चे जिवे जांदे ने बैठक ढिड वधदा है तुसीं उहदे लई वेखो काली मिर्च सोंडे जवैन ए जीरा ए हेंगिया माहिया दालचीनी ए वट्टी इलाची ए फिर लौंग आ जायफल आ तुसीं इह सारियां चीजां दा चकाला लून जिवें उह 20-20 ग्राम ए 10 ग्राम ए चकाला लून पा के ते पाउडर बना लो। कोई भी भैन भरा जिहदा बैंक दी जॉब करदा जिहदा ढिड वधदा है ਜਾਂ ਜਿਵੇਂ ਅੱਗੇ ਦੱਸ ਰਹੇ ਸੀ ਵੀ ਰੋਟੀ ਖਾਦੇ ਡਕਾਰ ਆਉਂਦੇ ਨੇ ਕਿਸੇ ਨੂੰ ਵੀ ਇਸ ਤਰ੍ਹਾਂ ਗੈਸ ਬਣਦੀ ਤੇਜ਼ਾਬ ਬਣਦਾ ਹੈ ਜਾਂ ਮੋਟਾਪਾ ਆਉਣ ਲੱਗ ਪਿਆ ਪੈਰ ਸੁੱਜਣ ਲੱਗ ਪਏ ਨੇ ਇਹ ਜਿਹੜਾ ਮੈਂ ਚੂਰਨ ਦੱਸਿਆ ਬਣਾ ਲਓ। ਜਦੋਂ ਵੇਖੋ ਦੋ ਟਾਈਮ ਤਾਂ ਹਰੇਕ ਬੰਦਾ ਹੀ ਸਫ਼ਰ ਚ ਆ ਭਾਵੇਂ ਕਿਤੇ ਰੋਟੀ ਆਪਾਂ ਖਾਂਦੇ ਹਾਂ ਜਦੋਂ ਤੁਸੀਂ ਰੋਟੀ ਖਾਣੀ ਏ ਵੱਧ ਤੋਂ ਵੱਧ ਚਿੱਟੇ ਛੋਲਿਆਂ ਦੇ ਦਾਣੇ ਜਿੰਨਾ ਜਾਂ ਮੱਕੀ ਦੇ ਦਾਣੇ ਜਿੰਨਾ ਤੁਸੀਂ ਇਹ ਚੂਰਨ ਜਿਹੜਾ ਹੈ ਇਹ ਬਣਿਆ ਖਾ ਲਓ। ਕੁਛ ਕੁ ਚਿਰ ਲਈ ਨਿੱਘਾ ਪਾਣੀ ਪੀਓ ਜਿੰਨਾ ਨਿੱਘਾ ਪਾਣੀ ਪੀਓ ਇਹਦੇ ਚੂਰਨ ਖਾਂਦੇ ਰਹੋਗੇ ਕਦੇ ਵੀ ਤੁਹਾਡਾ ਢਿੱਡ ਜਿਹੜਾ ਉਹ ਨਹੀਂ ਵੱਧਦਾ ਉਹ ਬਿਲਕੁਲ ਸਟੇਲ ਸਿੱਧਾ ਹੋਵੇ ਚਰਬੀ ਨਹੀਂ ਜਮਾਓ ਜੀ। ਸੋ ਇਹ ਕੰਟੀਨਿਊ ਖਾਂਦੇ ਰਹਿਣਾ ਜੀ ਜਾਂ ਵਿੱਚ ਦੀ ਛੱਡ ਵੀ ਸਕਦੇ ਹਨ? ਜੀ ਜੀ ਬਿਲਕੁਲ ਬਿਲਕੁਲ ਖਾਸ ਕਰਕੇ ਜਿਸ ਤਰ੍ਹਾਂ ਜਿਹੜੇ ਬੈਠਕ ਵਾਲੀ ਜੋਬ ਕਰਦੇ ਨੇ ਜੀ ਤਾਂ ਲਾਜ਼ਮੀ ਖਾਂਦੇ ਹੀ ਰਹਿਣਾ ਚਾਹੀਦਾ ਘਰ ਵੀ ਆ ਜਾਓ ਤੇ ਤੁਸੀਂ ਜਿਵੇਂ ਦੋ ਦਿਨ ਛੱਡ ਕੇ ਇੱਕ ਦਿਨ ਵੀਕ ਦੇ ਵਿੱਚ ਦੋ ਜਾਂ ਤਿੰਨ ਵੇਲਾ ਯੂਜ਼ ਕਰਦੇ ਰਹੋ ਤੇ ਤੁਹਾਡੇ ਅੰਦਰ ਜਿਹੜੀ ਵਹਿਬ ਆਦੀ ਵੇਖੋ ਹੁੰਦੀ ਤਾਂ ਹਰੇਕ ਅੰਦਰ ਆ ਪਰ ਕੁਦਰਤ ਵਾਲੇ ਨੇ ਜਿਵੇਂ ਸਿਸਟਮ ਬਣਾਇਆ ਉਹਦਾ ਇੱਕ ਬੈਲੈਂਸ ਰਹਿੰਦਾ ਜਦੋਂ ਸਾਡਾ ਇਹ ਜਿਹੜਾ ਚੂਰਨ ਆ ਤੇ ਸਾਡਾ ਵਹਿਬ ਆਦੀ ਦਾ ਬੈਲੈਂਸ ਗਲਤ ਨਹੀਂ ਹੋਣ ਦਿੰਦਾ ਸਾਨੂੰ ਜਿਵੇਂ ਪੀੜਾਂ ਹੁੰਦੀਆਂ ਨੇ ਜਾਂ ਪੈਰ ਸੁੱਜਣੇ ਨੇ ਜਾਂ ਜਿਵੇਂ ਨਾੜਾਂ ਦੇ ਵਿੱਚ ਹਵਾ ਭਰ ਜਾਣੀ ਹੈ ਬੋਲਣਾ ਹੈ ਬੈਠਿਆਂ ਨੂੰ ਫਾਰਾ ਹੋ ਜਾਣਾ ਹੈ ਬੱਕੀਆਂ ਚੜ ਜਾਣੀਆਂ ਨੇ ਇਹ ਜੇ ਨੁਕਸ ਫੇਰ ਅੱਗੇ ਜੀ। ਇੱਕ ਸਰੋਤੇ ਨੇ ਜੀ ਸਾਡੇ ਨਾਲ ਹੋਰ ਹਾਂਜੀ ਸਵਾਗਤ ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਮੈਂ ਡਾਕਟਰ ਪਰਸ਼ੋਤਮ ਸਿੰਘ ਪੁੱਛਣਾ ਸੀਗਾ ਜੀ ਮਤਲਬ ਮੇਰਾ ਬੇਟਾ ਆ ਹੈਲੋ ਜੀ 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 ਬੋਲੋ ਬਾਈ ਜੀ 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 ਸੁਣ ਰਹੇ ਦੱਸੋ ਹਾਂਜੀ ਮੇਰਾ ਬੇਟਾ 2 ਸਾਲ ਦਾ ਜਿਹਦੇ ਅੱਖ ਦੀ ਚਿੱਟਾ ਮੋਤੀ ਆ ਗਿਆ ਸੀਗਾ ਤੇ ਉਹਦੇ ਨਾਲ ਉਹਦੀ ਅੱਖ ਡੈਮੇਜ ਹੋ ਗਈ ਤੇ ਹੁਣ ਮੇਰਾ ਬੇਟਾ 11 ਸਾਲ ਉਹਦੀ ਅੱਖ ਤੋਂ ਉਹਨੂੰ ਦਿਖਦਾ ਨੀ ਹੈਗਾ ਅਸੀਂ ਡਾਕਟਰਾਂ ਕੋਲ ਕਾਫੀ ਚੈੱਕ ਕਰਵਾਇਆ ਉਹ ਕਹਿੰਦੇ ਇਹਦੀ ਲਾਈਟ ਪਿੱਛੋਂ ਚਲੀ ਗਈ ਹੈਗੀ ਆ ਤੇ ਕੁਛ ਹੋ ਸਕਦਾ ਉਹਦਾ ਜੀ ਜੀ ਵੇਖੋ ਜੀ ਕਰਨ ਵਾਲਾ ਤਾਂ ਸਤਿਗੁਰੂ ਹੈ ਪਰ ਤੁਸੀਂ ਉਦਮ ਇਨਸਾਨ ਦੇ ਵੱਸ ਹੁੰਦਾ ਹੈ ਕਦੀ ਹਿੰਮਤ ਤੇ ਮਰਦਾ ਮਰਦੇ ਖੁਦਾ ਜੇ ਇਨਸਾਨ ਹਿੰਮਤ ਕਰਦਾ ਹੈ ਤੇ ਜਿਹੜਾ ਖੁਦਾ ਹੈ ਉਹ ਵਾਹਿਗੁਰੂ ਹੈ ਬੰਦਾ ਹੈ ਉਹ ਵੀ ਉਹਦਾ ਸਾਈ ਹੁੰਦਾ ਸੋ ਇੱਕ ਤਾਂ ਵੇਖੋ ਮੇਰਾ ਯੂਟਿਊਬ ਤੇ ਵੀ ਪਾਇਆ ਹੈ ਤੁਸੀਂ ਐਲੋਵੇਰਾ ਦਾ ਪਹਿਲੋ ਚਿੱਟਾ ਵਿੱਚੋਂ ਦੁੱਧਾ ਕੱਢੋ ਛਿੱਲ ਕੇ ਫਿਰ ਉਹਨੂੰ ਮਿਕਸੀ ਚ ਗਰਾਇੰਡ ਕਰੋ ਫਿਰ ਉਹਨੂੰ ਪੋਣੇ ਨਾਲ ਪੁਣੋ ਕਿਸੇ ਸਾਫ਼ ਫਰਾਈ ਪੈਨ ਚ ਪਾ ਲਓ ਕਿਉਂਕਿ ਆਪਾਂ ਅੱਖ ਲਈ ਵਰਤਣਾ ਨੱਪ ਕੇ ਉਹਦਾ ਰਸ ਕੱਢੋਗੇ ਉਹ ਲੀਸਲਾ ਜਿਹਾ ਹੁੰਦਾ ਜਿਆਦਾ ਚੀਕਣਾ ਹੁੰਦਾ ਹੈ ਉਹਨੂੰ ਤੁਸੀਂ ਥੱਲੇ ਗਰਮ ਕਰੋ ਉਹ ਪਾਣੀ ਚ ਕਨਵਰਟ ਹੋ ਜਾਏਗਾ ਪਾਣੀ ਚ ਤਬਦੀਲ ਹੋ ਜਾਏਗਾ ਉਹਨੂੰ ਲਾ ਕੇ ਥੱਲੇ ਜਦੋਂ ਪਿਆ ਰਹੇਗਾ ਠੰਡਾ ਹੋ ਜਾਵੇ ਫਿਰ 4 ਚਮਚੇ ਉਹਦੇ ਚ 1 ਚਮਚਾ ਸ਼ਹਿਦ ਦਾ ਇਹ ਤੁਸੀਂ ਰਲਾਓ ਜੇ ਜਿਵੇਂ ਇੰਡੀਆ ਤੋਂ ਏ 1 ਚਮਚਾ ਵਿੱਚ ਸ਼ਰੀਂਗਾ ਪਾਣੀ ਤੇ 1 ਚੁਟਕੀ ਵਿੱਚ ਖਾਰਾ ਸੋਡਾ ਜਿਹਦੇ ਨਾਲ ਆਪਾਂ ਕੱਪੜੇ ਧੋਂਦੇ ਸਾਂ ਜੇ ਇੰਨਾ ਹੋ ਗਿਆ ਤੇ 1-1 ਡ੍ਰੌਪ ਪਾਓ ਤੇ ਦੂਸਰਾ ਜਿਹੜੀ ਬੇਸਣ ਦਵਾਈਏ ਕਿਸੇ ਕਾਰਨ ਕਰਕੇ ਉਹਦੀਆਂ ਨਸਾਂ ਰੁਕ ਗਈਆਂ ਨੇ ਉਹ ਚਲਾਉਣ ਦੀ ਸ਼ਕਤੀ ਰੱਖਦੀ ਏ ਦੋਨੇ ਚੀਜ਼ਾਂ ਵਰਤੋ ਗੁਰੂ ਕਰੇ ਇਹ ਜੀ ਫੀਡਬੈਕ ਅੱਗੇ ਵੀ ਆਈਏ ਜਿੰਨਾ ਆਪਦੇ ਬੱਚੇ ਦੀ 6-7 ਮਹੀਨਿਆਂ ਬਾਅਦ ਉਹਦੀ ਅੱਖ ਜਿਹੜੀ ਏ ਬਿਲਕੁਲ 16 ਨੇ ਤਾਂ ਨਹੀਂ ਪਰ ਉਹਦੇ ਵਿੱਚੋਂ ਦਿਸਣਾ ਜ਼ਰੂਰ ਸ਼ੁਰੂ ਹੋ ਗਿਆ ਜੀ। ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਸੀਗਾ ਜੀ ਕਿ ਖਾਰਾ ਸੋਡਾ ਅੱਜ ਕੱਲ ਘੱਟ ਮਿਲਦਾ ਦੇਖਿਆ ਨੀ ਜੀ ਕਿਉਂਕਿ ਤੁਸੀਂ ਇੱਕ ਨੁਸਖਾ ਹੋਰ ਵੀ ਕਰੇ ਖਾਰੇ ਸੋਡੇ ਨਾਲ ਉਹ ਸੁਖਨੈਬ ਜੀ ਖਾਰਾ ਸੋਡਾ ਦੇ ਬੋਰੀਆਂ ਨਾਲ ਭਰਿਆ ਵੱਡੀ ਜਿਹੜੀ ਕੁਆਂਟਲ ਦੀ ਬੋਰੀ ਉਹ ਤਾਂ ਆਉਂਦਾ ਵੀ ਕੁਆਂਟਲ ਨਾਲ ਵਾਲੀ ਹੈ ਜਿਵੇਂ ਖੰਡ ਦੀ ਬੋਰੀ ਕੁਆਂਟਲ ਦੀ ਹੁੰਦੀ ਏ ਸੋਡੇ ਦੀ ਬੋਰੀ ਕੁਆਂਟਲ ਦੀ ਹੁੰਦੀ ਜੀ
ਸਾਧੂ ਜੀ ਪਰ ਹੁਣ ਨੀ ਦੇਖਿਆ ਕਿਤੇ। ਚਲੋ ਖੈਰ ਜੇ ਮਿਲਦਾ ਫਿਰ ਤਾਂ ਵਧੀਆ ਗੱਲ ਹੈ। ਸੋ ਅੱਗੇ ਜੇ ਕਿਸੇ ਜੀ ਲੋ ਜੀ ਇਧਰ ਐਪਲ ਸਾਈਡਰ ਵਿਨਾਗਰ ਦੇ ਬਾਰੇ ਪੁੱਛ ਰਿਹਾ ਜੀ ਕਿ ਗਰਮ ਪਾਣੀ ਚ ਜਾਂ ਸਿਰਫ ਨਿਰਨੇ ਕਾਲ ਜੇ ਜਾਂ ਨਿੰਬੂ ਚ ਕਿਹੜੇ ਵੇਲੇ ਲਿਆ ਜਾ ਸਕਦਾ? ਸੁਖਨਾਬ ਜੀ ਜਿਹੜਾ ਐਪਲ ਸਾਈਡਰ ਵਿਨੇਗਰ ਹੈ ਨਾ ਉਹ ਜਿਹੜਾ ਤੁਸੀਂ ਅਰਲੀ ਮਾਰਨਿੰਗ ਲੈਂਦੇ ਹੋ ਨਾ ਦੋ ਚਮਚੇ ਲੈਣ ਨੂੰ ਤਾਂ ਭਾਵੇਂ ਕਿਸੇ ਟਾਈਮ ਪਰ ਜਿਹੜਾ ਅਰਲੀ ਮਾਰਨਿੰਗ ਲੈਂਦੇ ਹੋ ਉਹਦੇ ਨਾਲ ਸਿਹਤ ਨੂੰ ਬੜਾ ਫਾਇਦਾ ਹੋਇਆ। ਨਿੱਘੇ ਪਾਣੀ ਨਾ ਲਵੋ, ਉਹਦਾ ਕਾਰਨ ਇਹ ਬਣਿਆ ਵੀ ਇੱਕ ਤਾਂ ਜਿਹੜਾ ਪੇਸ਼ਾਬ ਬਣਦਾ ਹੈ ਉਹਦਾ ਉਹ ਬੜਾ ਵੱਡਾ ਕਾਰਨ ਹੈ। ਜੇ ਪੇਸ਼ਾਬ ਨਾ ਬਣੇ ਤੁਹਾਡੇ ਅੰਦਰ ਹਾਈ ਬਲੱਡ ਪ੍ਰੈਸ਼ਰ ਨਹੀਂ ਹੁੰਦਾ, ਤੁਹਾਡਾ ਪ੍ਰੋਪਰ ਪੇਟ ਸਾਫ਼ ਹੁੰਦਾ, ਨਾੜਾਂ ਦੇ ਵਿੱਚ ਹਵਾ ਦਾ ਦਬਾਅ ਜਾਂ ਨਹੀਂ ਬਣਦਾ, ਤਾਂ ਵੀ ਤੁਹਾਨੂੰ ਉਹ ਬਲੱਡ ਪ੍ਰੈਸ਼ਰ ਤੋਂ ਵੀ ਕਹਿਣ ਤੋਂ ਭਾਵੇ ਫਿਰ ਰੋਕਦਾ। ਸੋ ਨਿੱਘੇ ਪਾਣੀ ਚ ਵੀ ਅਸਰ ਹੈ ਤੇ ਐਪਲ ਸਾਈਡਰ ਵਿਨੇਗਰ ਚ ਵੀ ਇਹ ਖੂਬੀ ਹੈ ਕਿ ਤੁਹਾਡੀ ਭੁੱਖ ਨੂੰ ਉਹ ਪੂਰਾ ਠੀਕ ਰੱਖਦਾ ਤੇ ਤੁਹਾਡੇ ਅੰਦਰ ਤੇਜ਼ਾਬ ਦੀ ਮਾਤਰਾ ਵੀ ਨਹੀਂ ਬਣ ਦਿੰਦਾ, ਦੂਸਰਾ ਤੁਹਾਡਾ ਬਲੱਡ ਪ੍ਰੈਸ਼ਰ ਨੂੰ ਉਹ ਕੰਟਰੋਲ ਰੱਖਦਾ, ਹਾਈ ਨਹੀਂ ਹੁੰਦਾ ਜੀ ਜੀ ਇਹ ਫਾਇਦਾ ਉਹਦਾ ਅਰਲੀ ਮਾਰਨਿੰਗ ਹੈ। ਤੇ ਸ਼ਾਮ ਨੂੰ ਤਾਂ ਲੈ ਹੀ ਸਕਦੇ ਕਿਉਂਕਿ ਮੈਂ ਰਾਤ ਨੂੰ ਲੈਣਾ ਜੀ ਸ਼ੋ ਸ਼ੁਰੂ ਕਰਨ ਤੋਂ ਪਹਿਲਾਂ ਲੈਣਾ ਜੀ ਉਸ ਤਰ੍ਹਾਂ ਦਾ ਇੱਕ ਚਮਚਾ ਪੈ ਲਓ ਉਹ ਤਾਂ ਤੁਹਾਡੇ ਮੇਦੇ ਲਈ ਨਾ ਤੁਹਾਡੀ ਵੈਸੇ ਮਨ ਨੂੰ ਵੀ ਤਸੱਲੀ ਕੁਛ ਰਹਿੰਦੀ ਵੀ ਆਪਾਂ ਜਦੋਂ ਕਿਸੇ ਚੀਜ਼ ਦੇ ਆਦੀ ਬਣ ਜਾਈਏ ਉਹ ਲੈ ਲਓ ਤੇ ਤੁਹਾਡਾ ਇਸ ਤਰ੍ਹਾਂ ਜਾਪਦਾ ਜਿਵੇਂ ਤਰੀਜਾ ਹੋਣਾ ਜਿਹਾ ਹੋ ਗਿਆ, ਮੈਨੂੰ ਜਿਹੜਾ ਖਾਧਾ ਫੂਡ ਸੀ ਉਹ ਪਚ ਗਿਆ ਜੀ। ਸੋ ਆਪਣੇ ਕੋਲ ਪੰਜ ਚਾਰ ਮਿੰਟ ਹੈ ਜੀ, ਹਜੇ ਤੱਕ ਮੇਰੇ ਖਿਆਲ ਚ ਕੋਈ ਹੋਰ ਸਵਾਲ ਸ਼ਾਇਦ ਨਹੀਂ ਹੈ ਤੇ ਉਨੀ ਦੇਰ ਤੁਸੀਂ ਕੋਈ ਹੋਰ ਜਿਹੜੀ ਖਾਸ ਗੱਲ ਸਾਡੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੋ। ਸੁਖਨਾਬ ਜੀ ਵੇਖੋ ਖਾਸ ਗੱਲਾਂ ਤਾਂ ਇੰਨੀਆਂ ਹੀ ਨੇ ਜਿਸ ਤਰ੍ਹਾਂ ਸਿਹਤ ਪ੍ਰਤੀ ਇਹ ਅੱਗੇ ਵੀ ਆਪਾਂ ਦੱਸ ਰਹੇ ਹਾਂ, ਖਾਸ ਕਰਕੇ ਜਿਵੇਂ ਬੱਚੇ ਆਪਣੀ ਨਵੀਂ ਪੀੜ੍ਹੀ ਏ ਉਹਨਾਂ ਦਾ ਉਹਨਾਂ ਦੇ ਵਿੱਚ ਕਈ ਚੀਜ਼ਾਂ ਇਹਦੀਆਂ ਨੇ ਜਿਹੜੀਆਂ ਇਹ ਚੀਜ਼ਾਂ ਖਵਾਉਣ ਨਾਲ ਜਿਵੇਂ ਫਾਸਟ ਫੂਡ ਲਾ ਲਓ ਜਿਵੇਂ ਅਮੈਰੀਕਾ ਹੈ ਜਾਂ ਕੈਨੇਡਾ ਹੈ, ਮੇਰਾ ਖਿਆਲ ਤਾਂ ਇੰਡੀਆ ਚ ਵੀ ਹੁਣ ਆਹ ਬਰਗਰ ਪੀਜੇ ਪੂਰੇ ਚੱਲ ਪਏ ਨੇ, ਪੂਰੇ ਇਹ ਨਾ ਖਾਓ। ਤੁਸੀਂ ਕੋਸ਼ਿਸ਼ ਕਰੋ ਕਿ ਕੋਈ ਵੀ ਇਹ ਦਾਲ ਇਹ ਸਬਜ਼ੀ ਏ ਜ਼ਿਆਦਾ ਜਿਹੜੀ ਏ ਸੱਜਰੀ ਖਾਣ ਦੀ ਕੋਸ਼ਿਸ਼ ਕਰੋ। ਵੇਖੋ ਜੇ ਹੁਣ ਫਰਿੱਜਾਂ ਬਣਾਈਆਂ ਸੀ ਜੀ ਬੜੀ ਮੌਜ ਹੋ ਗਈ ਜੀ ਠੰਡਾ ਪਾਣੀ ਪੀ ਲੈਂਦੇ ਹਾਂ, ਪਰ ਇੱਕ ਤੁਸੀਂ ਕੰਪੈਰੀਜ਼ਨ ਕਰਕੇ ਵੇਖੋ ਲੋਕਾਂ ਜਿੱਥੇ ਸਿਹਤ ਦੇ ਪੱਖੋਂ ਵੇਖੋ ਜਿਉਂ ਤੋਂ ਫਰਿੱਜ ਆਈਏ ਨਾਲ ਬਿਮਾਰੀਆਂ ਦੀ ਭੰਡ ਵੀ ਉਹ ਬੰਨ ਕੇ ਤੁਹਾਡੇ ਪੀ ਆਈ। ਇੱਕ ਤਾਂ ਤੁਸੀਂ ਵਿੱਚ ਰੱਖ ਕੇ ਤੇ ਫੇਰ ਆ ਖਾਂਦੇ ਹੋ ਉਹ ਵੀ ਬਿਮਾਰੀ, ਇੱਕ ਤੁਸੀਂ ਠੰਡਾ ਪੀਂਦੇ ਹੋ। ਅੱਗੇ ਲੋਕਾਂ ਨੇ ਖਾਸ ਕਰਕੇ ਜਿਵੇਂ ਆਪਣਾ ਬਠਿੰਡਾ ਜਾਂ ਇਹ ਮਲੋਟ ਅਬੋਹਰ ਇਲਾਕਾ ਸੀ ਜਦੋਂ ਸੱਜਰਾ ਪਾਣੀ ਅੱਖੀ ਨਹੀਂ ਆਉਣਾ, ਬਾਅਦ ਚ ਤਾਂ ਰਹਿੰਦਾ ਨਹੀਂ ਸੀ ਪਾਣੀ 110 ਅੱਗੇ ਸੀ ਥੱਲੇ ਚੜੇ ਜਾਣਾ, ਲੋਕਾਂ ਨੇ ਸੱਜਰਾ ਪਾਣੀ ਬੋਕਾਂ ਦੇ ਨਾਲ ਉਦੋਂ ਨਿੱਘਾ ਪੀਆ, ਜੇ ਘੜਿਆਂ ਦੇ ਵਿੱਚ ਵੀ ਰੱਖਦੇ ਸਾਂ ਤੇ ਤਾਂ ਵੀ ਕੋਈ ਤਾਂ ਠੰਡਾ ਨਹੀਂ ਸੀ ਹੁੰਦਾ, ਉਹ ਨਿੱਘਾ ਰਹਿੰਦਾ ਸੀ। ਜੀ ਇੱਕ ਸਰੋਤੇ ਨੇ ਜੀ ਆਪਣੇ ਨਾਲ, ਮੈਂ ਸੋਰੀ ਇੰਟਰਪਟ ਕਰਦਾ, ਸੋ ਇੱਕ ਸਰੋਤੇ ਨੂੰ ਨਾਲ ਲੈ ਲਾਂ ਜੀ। ਹਾਂਜੀ ਸਵਾਗਤ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਮੈਂ ਜੋ ਪੁੱਛਿਆ ਸੀ ਉਹ ਜਿਹੜਾ ਪਨੀਰ ਡੋਲੀਆ ਤੇ ਉਹ ਜਰਾਇਤਾ ਲੈਂਦਾ ਸੀ ਨਾ ਮੈਂ ਜੀ, ਹੈਲੋ ਫਾਇਦਾ ਤਾਂ ਹੋ ਗਿਆ, ਉਹਦਾ ਫਾਇਦਾ ਤਾਂ ਹੋ ਗਿਆ ਜੀ ਜਹਾਂ ਦੇਣਾ ਜੀ ਜੀ ਜੀ। ਥੋੜਾ ਜਿਹਾ ਮੈਨੂੰ ਸ਼ੱਕ ਆ ਵੀ ਜਿਵੇਂ ਬਲੱਡ ਪ੍ਰੈਸ਼ਰ ਬਣਾਉਂਦਾ ਹੁੰਦਾ, ਪੁੱਛੋ ਜੋ ਵੀ ਲੈਂਦਾ ਰਹਾਂ ਫਿਰ ਜੀ। ਨਹੀਂ ਜੀ ਉਹਦਾ ਉਹਦਾ ਤਾਂ ਤੁਹਾਨੂੰ ਫਿਰ ਜਿਹੜਾ ਤੁਸੀਂ ਦੱਸਿਆ ਨਾ ਆਪ ਹੀ ਮੈਨੂੰ ਸ਼ੱਕ ਹੈ ਵੀ ਉਹ ਬੜਾ, ਉਹ ਤੁਹਾਨੂੰ ਸ਼ੱਕ ਹੀ ਹੈ ਉਹਦਾ ਬਲੱਡ ਪ੍ਰੈਸ਼ਰ ਘਾ ਭਾਵੇਂ ਜੇ ਘਟਾਉਂਦਾ ਨਹੀਂ ਗਾ। ਠੀਕ ਹੈ ਠੀਕ ਹੈ, ਤੁਹਾਡੀਆਂ ਅਜੇ ਨਾੜਾਂ ਪ੍ਰੋਪਰ ਸਾਫ਼ ਨਹੀਂ ਹੈਗੀਆਂ, ਵੇਖੋ ਤੁਸੀਂ ਬੋਲਦੇ ਹੋ ਨਾ ਤੇ ਵਿੱਚ ਸਮਝ ਆਉਂਦੀ ਹੈ ਵੀ ਤੁਹਾਨੂੰ ਜਿਹੜਾ ਬੋਡੀ ਦੇ ਉੱਤੇ ਅੰਦਰ ਬਲਗਮ ਇਹ ਹੁੰਦਾ ਮਾਤਰਾ ਜ਼ਿਆਦਾ। ਠੀਕ ਹੈ ਠੀਕ ਹੈ, ਨਿੰਦਾ ਰਹੋ ਲਈ ਫਿਰ ਠੀਕ ਹੈ ਜੀ। ਵੀ ਸੰਪਰਕ ਵੀ ਖਾਂਦੇ ਰਹੋ ਤੇ ਤੁਹਾਡਾ ਜਿਹੜੇ ਲੰਗਜ਼ ਨੇ ਉਹ ਬਿਲਕੁਲ ਸਾਫ਼ ਹੋ ਜਾਣਗੇ।
ਜੀ ਸੋ ਦੋ ਜਾਂ ਤਿੰਨ ਮਿੰਟ ਹੈ ਜੀ ਹੁਣ ਆਪਾਂ ਕਾਲ ਤਾਂ ਕੋਈ ਲੈ ਨਹੀਂ ਸਕਦੇ ਤੇ ਅਖੀਰ ਦੇ ਵਿੱਚ ਕੋਈ ਟਿਪਸ ਸਿਹਤ ਵਾਸਤੇ ਜਿਹੜੇ ਤੁਸੀਂ ਜਾਂ ਪਹਿਲਾਂ ਵਾਲੀ ਗੱਲ ਕਰ ਰਹੇ ਸੀ ਉਸ ਨੂੰ ਪੂਰੀ ਕਰ ਦਿਓ ਜਾਂ ਕੋਈ ਹੋਰ ਕਰ ਦਈਏ ਜੀ ਸੁਖਨੈਬ ਜੀ ਇੱਕ ਤਾਂ ਜਿਵੇਂ ਫਰਿੱਜਾਂ ਦੇ ਵਿੱਚ ਮੈਂ ਤਾਂ ਇੱਥੇ ਵੀ ਚਲੋ ਹੋਰ ਵੀ ਜਿੱਥੇ ਬੋਲਣ ਦਾ ਮੌਕਾ ਦੱਸਣ ਦਾ ਮਿਲਦਾ ਹੈ ਤੇ ਭੈਣ ਭਰਾਵਾਂ ਨੂੰ ਇਹ ਵੀ ਸੇਵਾ ਇੱਥੇ ਆ ਤੇ ਜਿਵੇਂ ਸਮਝਦੇ ਜੋ ਵੀ ਬੀਬੀਆਂ ਜਾਂ ਭਨਾ ਲਾਓ ਬੱਚਿਆਂ ਨੂੰ ਬੱਚਿਆਂ ਸਮਝ ਕੇ ਪਾਲੋ ਮੇਰਾ ਫਰਜ਼ ਨਾ ਪੂਰਾ ਕਰੋ ਖਾਸ ਕਰਕੇ ਜਿਹੜਾ ਤੁਸੀਂ ਹੁਣ ਆਟਾ ਗੁੰਨ ਕੇ ਵੀ ਰੱਖ ਲੈਂਦੇ ਹੋ ਬਿਲਕੁਲ ਵੀ ਆਟਾ ਗੁੰਨ ਕੇ ਰੱਖ ਓਨਾ ਗੁੰਨੋ ਜਿੰਨਾ ਤੁਹਾਡਾ ਪੱਕ ਜੇ ਉਹਦੇ ਵਿੱਚ ਵੀ ਜਦੋਂ ਪਾਣੀ ਰਲਦਾ ਹੈ ਜਾਂ ਉਹ ਗੁੱਝ ਜਾਂਦਾ ਹੈ ਉਹਦੀ ਵੀ ਉਹ ਕੁਆਲਿਟੀ ਭੌਕੇ ਨਹੀਂ ਰਹਿੰਦੀ ਤੁਸੀਂ ਜਿਵੇਂ ਨਿੱਕਾ ਜਿਹਾ ਉਹ ਤਾਂ ਤੁਹਾਨੂੰ ਬਾਅਦ ਚ ਸਮਝ ਲੱਗੇਗੀ ਜਦੋਂ ਤੁਹਾਡੀ ਸਿਹਤ ਖਰਾਬ ਹੋਵੇਗੀ ਪਰ ਚਾਹ ਤੋਂ ਹੀ ਵੇਖ ਲਓ ਜੇ ਤੁਸੀਂ ਹੋਰ ਬਣਾਈ ਹੈ ਚਾਹ ਤੇ ਜੇ ਸੱਜਰੀ ਪੀਂਦੇ ਹੋ ਤੇ ਉਹਦਾ ਸਵਾਦ ਹੋ ਰਹੇ ਅੱਧੇ ਘੰਟੇ ਪਿੱਛੋਂ ਜੇ ਕੋਈ ਮਿਲਣ ਵਾਲਾ ਆ ਗਿਆ ਜਾਂ ਵੀਹ ਮਿੰਟ ਬਾਅਦ ਆ ਗਿਆ ਕਰੋ ਠੰਡੀ ਹੋ ਗਈ ਹੈ ਬਚ ਗਈ ਕੋਈ ਨੀ ਚਾਹ ਪਈ ਮਾੜਾ ਜਾਂ ਦੁੱਧ ਪਾ ਕੇ ਇਹਨੂੰ ਗਰਮ ਕਰ ਲਾ ਬਣਾ ਕੇ ਲਿਆ ਲੇਕਿਨ ਉਹਦਾ ਸਵਾਦ ਤੁਹਾਨੂੰ ਜਰੂਰ ਦੱਸਦਾ ਕਿ ਇਹ ਬੇਹੀ ਚ ਦੁੱਧ ਪਾ ਕੇ ਲਿਆ ਜੇ ਤੁਸੀਂ ਇਸ ਤਰ੍ਹਾਂ ਬੇਹਾ ਰੱਖ ਕੇ ਖਾਂਦੇ ਹੋ ਤੁਹਾਡੇ ਸਿਹਤ ਵੀ ਬਿਲਕੁਲ ਠੀਕ ਨੀ ਹੈਗਾ ਜੇ ਵੱਧ ਤੋਂ ਵੱਧ ਕਿਸੇ ਮਜਬੂਰੀ ਇੱਥੇ ਰੱਖ ਦਿਓ ਤੇ ਇੱਕ ਦਿਨ ਦਾ ਹੀ ਪਈ ਰੱਖਿਆ ਕਰੋ ਜਿਵੇਂ ਕਈ ਕਹਿੰਦੇ ਨੇ ਕਰਮ ਵਾਲੇ ਵੀ ਹੁਣ ਜੀ ਦਾਲ ਸਬਜ਼ੀ ਬਣਾ ਲਈਏ ਚਾਰ ਦਿਨ ਟੱਪ ਜਾਣਗੇ ਜੀ ਚਾਰ ਦਿਨਾਂ ਬਾਅਦ ਫਿਰ ਬਣਾ ਲਾਂਗੇ ਬਿਲਕੁਲ ਵੀ ਇਸ ਤਰ੍ਹਾਂ ਆਪਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੀ ਗੱਲ ਆ ਬਿਲਕੁਲ ਨਾ ਕਰੋ ਇਹਦੀਆਂ ਚੀਜ਼ਾਂ ਨੂੰ ਬਣਾ ਕੇ ਰੱਖਣ ਤੋਂ ਗਰੇਜ਼ ਕਰੋ ਸਵੇਰ ਦੀ ਸ਼ਾਮ ਨੂੰ ਖਾ ਲਓ ਉਹਨਾਂ ਦੇ ਠੀਕ ਹੈ ਬਾਅਦ ਚ ਜਿਵੇਂ ਜਿਵੇਂ ਉਹ ਪੁਰਾਣਾ ਹੁੰਦਾ ਉਹਦੇ ਵਿੱਚ ਜਿਵੇਂ ਖਾਸ ਕਰਕੇ ਜਿਹੜਾ ਪੀਜ਼ਾ ਹੈ ਜਿਹੜੀ ਇਹਦੇ ਵਿੱਚ ਈਸਟ ਹੁੰਦੀ ਹੈ ਜਾਂ ਸੋਡਾ ਪਾ ਕੇ ਉਹਨੂੰ ਖਿਲਾਉਂਦੇ ਜੇ ਭਾਈ ਉਹ ਇੱਕ ਕੈਮੀ ਖਾ ਲਿਆ ਜਦੋਂ ਉਹਦੇ ਵਿੱਚ ਰਲਦਾ ਹੈ ਬਾਅਦ ਚ ਬੇਹਾ ਖਾਂਦੇ ਨੇ ਬੱਚੇ ਧੱਕੇ ਨਾਲ ਸੁੱਟਣ ਵੀ ਨੀ ਦਿੰਦੇ ਅੱਜ ਦਾ ਰੱਖਿਆ ਫਰਿੱਜ ਚ ਰੱਖ ਲਿਆ ਅਗਲੇ ਦਿਨ ਉਹਨੂੰ ਗਰਮ ਕਰਕੇ ਖਾਧਾ ਉਹਦੇ ਨਾਲ ਫੂਡ ਪੋਇਜ਼ਨ ਹੋਣ ਦਾ ਬਹੁਤ ਡਰ ਰਹਿੰਦਾ ਤੇ ਆ ਪਿੱਛੇ ਜੇ ਮੇਰੇ ਜਾਣਕਾਰਾਂ ਦੇ ਵਿੱਚ ਦੋ ਤਿੰਨ ਇਹਦੀਆਂ ਮੌਤਾਂ ਹੋਈਆਂ ਇੱਕ ਤਾਂ ਬੀਬੀ ਵਿਚਾਰੀ ਖੁਦ ਆਪ ਐਮ ਡੀ ਡਾਕਟਰ ਸੀ ਅਜੇ ਵਿਆਹ ਹੀ ਆਈ ਸੀ ਤੇ ਉਹਨੇ ਇਸ ਤਰ੍ਹਾਂ ਖਾਧਾ ਤੇ ਉਹਨੂੰ ਫੂਡ ਪੋਇਜ਼ਨ ਹੋ ਗਿਆ ਫੂਡ ਪੋਇਜ਼ਨ ਤੋਂ ਬਚ ਨਹੀਂ ਸਕੇ ਤੀਜੇ ਦਿਨ ਉਹਦੀ ਮੌਤ ਹੋ ਗਈ ਸੋ ਕਹਿਣ ਤੋਂ ਭਾਵ ਆ ਭਾਈ ਮੈਂ ਕਿਸੇ ਨੂੰ ਡਰਾਉਂਦਾ ਨੀ ਮੈਂ ਤੁਹਾਨੂੰ ਅਸਲੀਅਤ ਦੱਸਦਾ ਇਹਦੀਆਂ ਚੀਜ਼ਾਂ ਨੂੰ ਬੇਹਾ ਰੱਖ ਕੇ ਖਾਣ ਤੋਂ ਬਚੋ ਤੇ ਆਪਦੀ ਸਿਹਤ ਨੂੰ ਸਿਹਤਯਾਬ ਰੱਖੋ ਸੱਜਰਾ ਖਾਓ ਨਿੱਕਾ ਖਾਓ ਤੇ ਇਹ ਚੀਜ਼ਾਂ ਤੋਂ ਪੀਜ਼ਿਆਂ ਬਰਗਰਾਂ ਤੋਂ ਵੀ ਜਿੱਥੋਂ ਤੱਕ ਹੋ ਸਕਦਾ ਹੈ ਗਰੇਜ਼ ਕਰੋ ਤੇ ਆਪਦੀ ਪੀੜ੍ਹੀ ਨੂੰ ਜ਼ਰੂਰ ਪਾਲੋ ਨਿੱਕਾ ਬੱਚਾ ਹੈ ਉਹਨੂੰ ਜ਼ਰੂਰ ਵੇਖੋ ਵੀ ਰੈਗੂਲਰ ਉਹ ਤੁਹਾਡਾ ਬੱਚਾ ਪੋਟ ਹੀ ਕਰਦਾ ਹੈ ਉਹਦੇ ਪਿਸ਼ਾਬ ਦੇ ਵਿੱਚ ਕੋਈ ਜੀ ਚਿਕਨਾਈ ਤਾਂ ਨਹੀਂ ਆਉਂਦੀ ਅੱਜ ਕੱਲ੍ਹ ਇਹਦੇ ਖਾਣੇ ਬੇਹ ਚੱਲਦੇ ਨੇ ਜਿਹਦੇ ਕਰਕੇ ਬੱਚਿਆਂ ਦੇ ਪਿਸ਼ਾਬ ਦੇ ਵਿੱਚ ਇੱਕ ਚਰਬੀ ਨਾਂ ਦੀ ਚੀਜ਼ ਜਿਹੜੇ ਕੱਚ ਦੇ ਗਲਾਸ ਚ ਤੁਸੀਂ ਪਿਸ਼ਾਬ ਕਰਾਓ ਥੱਲੇ ਰੱਖੋ ਵੇਖੋ ਵਿੱਚ ਆਟਾ ਜਿਹਾ ਬਹਿ ਜਾਂਦਾ ਹੈ ਵਿਚਕਾਰ ਧੁੰਦਲੇ ਬੱਦਲ ਵਾਂਗੂ ਆਉਂਦੇ ਨੇ ਜਿਹੜੀ ਬੋਡੀ ਦੀ ਐਨਰਜੀ ਹੈ ਜਾਂ ਉੱਤੇ ਤੇਲ ਕਰਦਾ ਨਿੱਕੇ ਬੱਚੇ ਨੇ ਜਿਹੜਾ ਡਾਕਟਰ ਫਿਰ ਤੁਹਾਨੂੰ ਕਹਿ ਦਿੰਦੇ ਜੀ 12 ਜਾਂ 16 ਸਾਲ ਦੇ ਬੱਚਾ ਵੱਧ ਤੋਂ ਵੱਧ ਜੀਵੇਗਾ ਉਸ ਤੋਂ ਬਾਅਦ ਇਹਦੀ ਆਟੋਮੈਟਿਕ ਮੌਤ ਹੋ ਜਾਏਗੀ ਇਹਦਾ ਇਮਿਊਨ ਸਿਸਟਮ ਅੰਦਰ ਕਮਜ਼ੋਰ ਹੋ ਗਿਆ ਭਾਈ ਸੋ ਕੁਛ ਕਮਜ਼ੋਰ ਨੀ ਹੁੰਦਾ ਜੇ ਪਹਿਲੋਂ ਤੁਸੀਂ ਕਰ ਲੋਗੇ ਨਹੀਂ ਆਪ ਨੂੰ ਪਤਾ ਲੱਗੇਗਾ ਸਿਹਤਾਂ ਵੀ ਜਿੰਨਾ ਚਿਰ ਸਾਹ ਆਉਂਦਾ ਸਾਡੀ ਸੇਵਾ ਇਸ ਤੋਂ ਬੈਠਾ ਦੱਸਿਆ ਜੀ ਇਹਦੀਆਂ ਰੋਗਾਂ ਤੋਂ ਬਚ ਸਕਦੇ ਬਿਲਕੁਲ ਜੀ ਬਹੁਤ ਮਿਹਰਬਾਨੀ ਜੀ ਬਹੁਤ ਧੰਨਵਾਦ ਤੁਹਾਡਾ ਤੇ ਆਉਣ ਵਾਲੇ ਦਿਨਾਂ ਚ ਅਸੀਂ ਫੇਰ ਸਾਂਝਾ ਪਾਵਾਂਗੇ ਸਤਿ ਸ੍ਰੀ ਅਕਾਲ ਸੋ ਦੋਸਤੋ ਇਹ ਸੀਗੇ ਸਰਦਾਰ ਪਰਸ਼ੋਤਮ ਸਿੰਘ ਹੋਰੇ ਹੁਣ ਲਾਸਟ ਦੇ ਵਿਚ ਇਕ ਕਾਲ ਮੈਨੂੰ ਕੀਤੀ ਸੀ ਇਹਦੇ ਨਾਲੋਂ ਵਧੀਆ ਕਿ ਜਿਹੜੇ ਦਿਨ ਆਪਾਂ ਅਨਾਊਂਸ ਕਰਦੇ ਹਾਂ ਗੱਲਾਂ ਲੈਣ ਤੁਸੀਂ ਸ਼ੁਰੂ ਚ ਕਰ ਲਿਆ ਕਰੋ ਕਿਉਂਕਿ ਨਾਲੇ ਤਾਂ ਫਿਰ ਮੈਨੂੰ ਇਧਰ ਉਧਰ ਦੀ ਗੱਲ ਕਰਨ ਤੋਂ ਨਜਾਤ ਮਿਲ ਜਾਂਦੀ ਹੈ ਕਿਉਂਕਿ ਆਪਾਂ ਉਸ ਟਾਈਮ ਦੇ ਵਿਚ ਸਾਰੀ ਗੱਲ ਮੁਕੰਮਲ ਕਰ ਸਕਦੇ ਹਾਂ ਤੇ ਨਾਲੇ ਤੁਹਾਡੀ ਗੱਲ ਪੂਰੀ ਹੋ ਜਾਂਦੀ ਹੈ ਕਿਉਂਕਿ ਬਾਅਦ ਦੇ ਵਿਚ ਗੱਲ ਕੀਤੀ ਹੈ ਲੇਟ ਲਤੀਫ ਹੈ ਜਿਹੜੀ ਉਹ ਫਿਰ ਉਹੀ ਗੱਲ ਹੋ ਜਾਂਦੀ ਹੈ ਜਿਵੇਂ ਬਨਾਰਸ ਦੇ ਵਿਚ ਟ੍ਰੇਨ ਚੜ੍ਹਨ ਵੇਲੇ ਕਈ ਲੋਕਾਂ ਨੇ ਗੱਡੀਆਂ ਨਿਗਾਲੀਆਂ ਸੀ ਪਹਿਲੇ ਆਪ ਵਾਲੀ ਗੱਲ ਸੋ ਸੱਜਣੋ ਇਹ ਸੀ ਅੱਜ ਦਾ ਸਿੱਧੂ ਲਾਈਵ ਸ਼ੋਅ ਕਿਵੇਂ ਲੱਗਿਆ ਤੁਹਾਨੂੰ ਇਹਦੀ ਫੀਡਬੈਕ ਜ਼ਰੂਰ ਭੇਜ ਦਿਓ ਸਾਡੇ ਵੱਲੋਂ ਯਤਨ ਇਹੀ ਹੁੰਦੇ ਆ ਕਿ ਅਸੀਂ ਵਧੀਆ ਤਰੀਕੇ ਦੇ ਨਾਲ ਤੁਹਾਡੇ ਕੋਲ ਹਾਜ਼ਰੀ ਲਵਾਈਏ ਔਰ ਹਾਜ਼ਰ ਰਹਿ ਕੇ ਕੁਛ ਨਾ ਕੁਛ ਵੱਖਰੀ ਗੱਲ ਕਰੀਏ ਵੀ ਤੇ ਵੱਖਰੀ ਸਿੱਖੀਏ ਵੀ ਕੱਲ ਫੇਰ ਸਾਂਝ ਪਾਵਾਂਗੇ ਅੱਜ ਦਿਓ ਇਜਾਜ਼ਤ ਰੱਬ ਰਾਖਾ ਇਨਸਾਨੀਅਤ ਜ਼ਿੰਦਾਬਾਦ